ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਮੇਰਾ ਨਾਮ ਅੰਜੂ ਆ, ਮੈਂ ਪਿੰਡ ਕੁੱਦੋਵਾਲ ਤੋਂ ਆਈ ਹਾਂ। ਮੇਰੀ ਗਵਾਹੀ ਇਹ ਆ ਕਿ ਇਹ ਜਿਹੜਾ ਛੋਟਾ ਬੱਚਾ, ਇਹ ਮੇਰਾ ਭਤੀਜਾ ਵਾ, ਜੋ ਕਿ ਪਿਛਲੇ ਹਫ਼ਤਿਆਂ ਦੇ ਵਿੱਚ ਇਹ ਬਹੁਤ ਬਿਮਾਰ ਹੋ ਗਿਆ ਸੀ। ਇਹਦੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਈ, ਜਿਸ ਕਾਰਨ ਇਹਨੂੰ ਐਡਮਿਟ ਕਰਵਾਉਣਾ ਪਿਆ। ਅਸੀਂ ਇਹਨੂੰ ਐਡਮਿਟ ਜਦ 4 ਵਜੇ ਕਰਵਾਇਆ ਸਰਕਾਰੀ ਹੋਸਪਿਟਲ ਅੰਮ੍ਰਿਤਸਰ ਦੇ ਵਿੱਚ, ਗੁਰੂ ਨਾਨਕ ਹੋਸਪਿਟਲ, ਅਤੇ ਇਹ ਬੱਚੇ ਦਾ ਬਹੁਤ ਜ਼ਿਆਦਾ ਮਾੜੀ ਕੰਡੀਸ਼ਨ ਹੋ ਗਈ। ਅਤੇ ਇਹ ਬੱਚੇ ਨੂੰ ਅਸੀਂ ਜਦ ਐਡਮਿਟ ਕਰਵਾਇਆ ਜਾ ਕੇ, ਜਦ ਇਸ ਬੱਚੇ ਦੀ ਸਕੈਨਿੰਗ ਹੋਈ ਅਤੇ ਡਾਕਟਰਾਂ ਨੇ ਇਹਨਾਂ ਇਸ ਬੱਚੇ ਬਾਰੇ ਦੱਸਿਆ ਕਿ ਇਹ ਬੱਚੇ ਦੀਆਂ ਅੰਤੜੀਆਂ ਜਿਹੜੀਆਂ ਸੁੰਗੜ ਚੁੱਕੀਆਂ ਵਾ, ਜਿਸ ਕਾਰਨ ਇਸ ਬੱਚੇ ਦਾ ਆਪਰੇਸ਼ਨ ਹੋਵੇਗਾ। ਅਤੇ ਆਪਰੇਸ਼ਨ ਬਹੁਤ ਵੱਡਾ ਵਾ ਅਤੇ ਤੁਹਾਡਾ ਬੱਚਾ ਬਹੁਤ ਕਮਜ਼ੋਰ ਆ ਅਤੇ ਬਹੁਤ ਏਜ ਦਾ ਛੋਟਾ ਵਾ, ਪਤਾ ਨਹੀਂ ਆਪਰੇਸ਼ਨ ਇਹ ਬੱਚਾ ਝੱਲੇ ਕਿ ਨਾ ਝੱਲੇ। ਜਦ ਇਸ ਬੱਚੇ ਨੂੰ ਆਪਰੇਸ਼ਨ ਥੀਏਟਰ ਦੇ ਵਿੱਚ ਲੈ ਕੇ ਚੱਲੇ ਸੀ ਅਤੇ ਸਾਡਾ ਮਨ ਬਹੁਤ, ਅਸੀਂ ਡੋਲ ਗਏ ਅਤੇ ਅਸੀਂ ਸੋਚਿਆ ਵੀ ਹਜੇ ਤਾਂ ਅਸੀਂ 4 ਵਜੇ ਸੁਬਹਾ ਐਡਮਿਟ ਕਰਵਾਇਆ ਅਤੇ ਇਹ 12 ਵਜੇ ਆਪਰੇਸ਼ਨ ਥੀਏਟਰ 'ਚ ਵਿੱਚ ਲੈ ਚੱਲਿਆ ਅਤੇ ਅਸੀਂ ਘਬਰਾ ਗਏ ਅਤੇ ਅਸੀਂ ਉੱਥੋਂ ਬੱਚੇ ਨੂੰ ਰੈਫਰ ਕਰ ਲਿਆ। ਉਹਨਾਂ ਰੈਫਰ ਕਰ ਦਿੱਤਾ, ਅਸੀਂ ਕਿਹਾ ਨਹੀਂ ਅਸੀਂ ਹਜੇ ਆਪਰੇਸ਼ਨ ਨਹੀਂ ਕਰਵਾਉਣਾ, ਸਾਨੂੰ ਸੋਚਣ ਵਾਸਤੇ ਥੋੜ੍ਹਾ ਜਿਹਾ ਟਾਈਮ ਦਿੱਤਾ ਜਾਵੇ। ਅਤੇ ਅਸੀਂ ਇਹਨੂੰ ਫਿਰ ਬੱਚੇ ਨੂੰ ਉੱਥੋਂ ਛੁੱਟੀ ਦਵਾ ਕੇ ਅਸੀਂ ਪ੍ਰਾਈਵੇਟ ਹੋਸਪਿਟਲ ਵਿੱਚ ਦਾਖਲ ਕਰ ਲਿਆ। ਜਦ ਅਸੀਂ ਪ੍ਰਾਈਵੇਟ ਹੋਸਪਿਟਲ ਵਿੱਚ ਇਸ ਬੱਚੇ ਨੂੰ ਐਡਮਿਟ ਕੀਤਾ ਅਤੇ ਇਸ ਬੱਚੇ ਨੂੰ ਵੀ ਉੱਥੇ ਵੀ ਜਾ ਕੇ, ਮਤਲਬ ਉਹਨਾਂ ਆਪਰੇਸ਼ਨ ਹੀ ਦੱਸਿਆ ਡਾਕਟਰਾਂ ਨੇ ਕਿ ਇਸ ਬੱਚੇ ਦਾ ਆਪਰੇਸ਼ਨ ਤੋਂ ਬਿਨਾਂ ਕੋਈ ਹੱਲ ਨਹੀਂ ਗਾ, ਸਿਰਫ ਆਪਰੇਸ਼ਨ ਹੀ ਆ ਇਹਦਾ ਹੋ ਸਕਦਾ। ਇਸ ਵਾਸਤੇ ਤੁਸੀਂ 1 ਲੱਖ ਰੁਪਈਆ ਆਪਰੇਸ਼ਨ ਵਾਸਤੇ ਹੀ ਜਮ੍ਹਾਂ ਕਰਵਾਓ। ਤਾਂ ਰਾਤ ਨੂੰ ਅਸੀਂ ਸੋਚਦੇ ਹੀ ਪਏ ਸੀ ਕਿ ਦਿਨੇ ਜਦ ਅਸੀਂ ਜਾ ਕੇ ਦੇਖਿਆ ਤਾਂ ਬੇਟੇ ਦੀ ਹਾਲਤ ਬਹੁਤ ਖਰਾਬ ਸੀ ਅਤੇ ਡਾਕਟਰਾਂ ਨੇ ਵੀ ਸਾਨੂੰ ਕਹਿ ਦਿੱਤਾ ਕਿ ਤੁਸੀਂ ਆਪਣਾ ਬੱਚਾ ਜਿੱਥੇ ਮਰਜ਼ੀ ਲੈ ਜਾਓ, ਅਸੀਂ ਇੱਥੋਂ ਰੈਫਰ ਕਰ ਦਿੰਦੇ ਹਾਂ। ਜੇ ਤੁਸੀਂ ਸਰਕਾਰੀ 'ਚ ਲਿਜਾਣਾ ਚਾਹੁੰਦੇ ਤਾਂ ਉੱਥੇ ਲੈ ਜਾਓ, ਜੇ ਕਿਤੇ ਹੋਰ ਲਿਜਾਣਾ ਚਾਹੁੰਦੇ ਤਾਂ ਉੱਥੇ ਲੈ ਜਾਓ। ਜਦ ਅਸੀਂ ਇਹਨੂੰ ਦੁਬਾਰਾ ਸਰਕਾਰੀ ਹੋਸਪਿਟਲ ਲੈ ਕੇ ਗਏ ਅਤੇ ਇਹ ਬੱਚਾ ਪੂਰਾ ਡੈੱਡ ਹੋ ਚੁੱਕਾ ਸੀ, ਇਹਦੇ ਸਰੀਰ ਦੇ ਵਿੱਚ ਕੋਈ ਵੀ ਮੂਵਮੈਂਟ ਨਹੀਂ ਸੀ। ਇਸ ਕਰਕੇ ਅਸੀਂ ਖੋਜੇਵਾਲ ਤੋਂ ਪ੍ਰਾਰਥਨਾ ਕਰਾਈ, ਜੋ ਪਾਸਟਰ ਗੁਰੂ ਸ਼ਰਨ ਆ ਉਹਨਾਂ ਨੇ ਵੀ ਸ਼ਨੀਵਾਰ ਨੂੰ ਜਦ ਰਾਤ ਦੀ ਪ੍ਰਾਰਥਨਾ ਹੋਈ ਤਾਂ ਉਹਨਾਂ ਨੇ ਮੋਬਾਈਲ ਦੇ ਉੱਤੇ ਹੀ ਫੋਟੋ ਅਤੇ ਸਕਰੀਨ 'ਤੇ ਉਹਨਾਂ ਨੇ ਮਤਲਬ ਪ੍ਰਾਰਥਨਾ ਕੀਤੀ। ਅਤੇ ਜਦ ਅਸੀਂ ਇਹਨੂੰ 4 ਵਜੇ, 3 ਕੁ ਵਜੇ ਅਸੀਂ ਐਡਮਿਟ ਕਰਵਾਇਆ ਅਤੇ 4:30 ਵਜੇ ਇਸ ਬੱਚੇ ਨੂੰ ਲੂਜ ਮੋਸ਼ਨ ਲੱਗ ਗਏ ਤਾਂ ਫਿਰ ਡਾਕਟਰ 8:30 ਵਜੇ ਡਾਕਟਰ ਆਏ ਅਤੇ ਡਾਕਟਰਾਂ ਨੇ ਆਣ ਕੇ ਦੱਸਿਆ ਕਿ ਉਹਨਾਂ ਆਣ ਕੇ ਚੈੱਕ ਕੀਤਾ ਸਾਡੇ ਬੱਚੇ ਨੂੰ ਤਾਂ ਉਹਨਾਂ ਨੇ ਕਿਹਾ ਕਿ ਇਸ ਬੱਚੇ ਦੀ ਦੁਬਾਰਾ ਜਿਹੜੀ ਸਕੈਨਿੰਗ ਕੀਤੀ ਜਾਵੇ। 12:00 ਵਜੇ ਸਕੈਨਿੰਗ ਇਸ ਬੱਚੇ ਦੀ ਦੁਬਾਰਾ ਉਹਨਾਂ ਨੇ ਕੀਤੀ ਅਤੇ ਇਸ ਬੱਚੇ ਦੀ ਸਾਰੀ ਸਕੈਨਿੰਗ, ਸਾਰੀ ਰਿਪੋਰਟ ਬਦਲ ਗਈ। ਪਰਮੇਸ਼ਰ ਨੇ ਇਸ ਬੱਚੇ ਦੀ ਸਾਰੀ ਰਿਪੋਰਟ ਨੂੰ ਬਦਲ ਦਿੱਤਾ। ਇਸ ਬੱਚੇ ਦੀ ਸਕੈਨਿੰਗ ਦੇ ਵਿੱਚ ਜੋ ਦੱਸਿਆ ਗਿਆ ਸੀ ਕਿ ਡਾਕਟਰ ਆਪਰੇਸ਼ਨ ਦੱਸਦੇ ਪਏ ਆ, ਤਾਂ ਸਾਰੀਆਂ ਰਿਪੋਰਟਾਂ ਇਸ ਬੱਚੇ ਦੀਆਂ ਨੋਰਮਲ ਆਈਆਂ ਅਤੇ ਡਾਕਟਰ ਵੀ ਖੁਦ ਹੈਰਾਨ ਹੋ ਗਏ ਇਸ ਗੱਲ ਤੋਂ ਕਿ ਇਹ ਕਿੱਦਾਂ ਹੋ ਸਕਦਾ ਵਾ। ਅਸੀਂ ਕਿਹਾ ਸਾਡਾ ਪਰਮੇਸ਼ਰ, ਜੋ ਜਿੰਦਾ ਪਰਮੇਸ਼ਰ ਆ, ਉਹ ਸਭ ਕੁਝ ਕਰਨ ਦੀ ਸਮਰੱਥ ਰੱਖਦਾ ਵਾ। ਡਾਕਟਰ ਸਾਨੂੰ ਜਵਾਬ ਦੇ ਸਕਦੇ ਪਰ ਸਾਡਾ ਪਰਮੇਸ਼ਰ ਸਾਨੂੰ ਜਵਾਬ ਨਹੀਂ ਦੇ ਸਕਦਾ। ਉਹ ਸਾਡੀਆਂ ਦੁਆਵਾਂ ਨੂੰ, ਪ੍ਰਾਰਥਨਾਵਾਂ ਨੂੰ ਸੁਣਦਾ ਵਾ।
ਪਾਸਟਰ ਗੁਰਸ਼ਰਨ ਜੀ ਦੀ ਲੈ ਹੈਂਡ ਪ੍ਰਾਰਥਨਾ ਦੁਆਰਾ ਜਿਸ ਤਰ੍ਹਾਂ ਸਾਡੇ ਬੇਟੇ ਦੀ ਰਿਪੋਰਟਾਂ ਬਦਲ ਗਈਆਂ, ਇਸੇ ਤਰ੍ਹਾਂ ਤੁਹਾਡੀਆਂ ਵੀ ਰਿਪੋਰਟਾਂ ਬਦਲ ਜਾਣਗੀਆਂ ਅਤੇ ਸਾਡਾ ਬੱਚਾ ਇਸ ਟਾਈਮ ਸਭ ਤੰਦਰੁਸਤ ਆ। ਅਸੀਂ ਪਾਸਟਰ ਜੀ ਦਾ ਅਤੇ ਪਰਮੇਸ਼ਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅਸੀਂ ਸਾਰੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਵੀ ਦੁੱਖ ਮੁਸੀਬਤ ਅਤੇ ਪਰੇਸ਼ਾਨੀ ਦੇ ਵਿੱਚ ਹੋ ਅਤੇ ਖੋਜੇ ਵੱਲ ਚਰਚ ਦੇ ਵਿੱਚ ਆਓ। ਜਿਸ ਤਰ੍ਹਾਂ ਸਾਡੇ ਬੇਟੇ ਨੂੰ ਪਰਮੇਸ਼ਰ ਨੇ ਚੰਗਾ ਕੀਤਾ ਹੈ, ਇਸੇ ਤਰ੍ਹਾਂ ਤੁਹਾਨੂੰ ਵੀ ਕਰੇਗਾ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਵੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਾਸਟਰ ਦਿਓਲ ਖੋਜੇਵਾਲਾ ਤੇ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ।